This program is brought to you by Crown Immigration, Family Sponsorships and Appeals Vaste, Ikko Parose Jobna Chete Rakho. The SBM Ayur Products.com, Feel the Divine Touch. ਇਸ ਵਕਤ ਸਾਨੂੰ ਸਾਡੀ ਵੈਬਸਾਈਟ www.globalpunjabtv ਦੇ ਉੱਤੇ ਵੇਖ ਰਹੇ ਨੇ। ਤੁਹਾਨੂੰ ਪਤਾ ਕਿ ਵੈਸੇ ਤਾਂ ਇਹ ਪ੍ਰੋਗਰਾਮ ਅਸੀਂ ਸ਼ੁੱਕਰਵਾਰ ਸ਼ਾਮ ਨੂੰ ਕਰਦੇ ਹਾਂ, ਪਰ ਅੱਜ ਇਸ ਐਸਾ ਸਬੱਬ ਬਣਿਆ ਜੀ ਕਿ ਟੋਰਾਂਟੋ ਸਟੂਡੀਓ ਸਾਡਾ ਪਹਿਲੀ ਵਾਰੀ ਲਾਈਵ ਹੋਇਆ, ਔਰ ਇੱਕੋ ਇੱਕ ਐਸਾ ਪਲੈਟਫਾਰਮ ਹੈ ਜਿਹੜਾ ਈਸਟ ਤੋਂ ਲੈ ਕੇ ਵੈਸਟ ਕੋਸਟ ਤੱਕ ਲਾਈਵ ਜਾ ਰਿਹਾ। ਇੱਥੋਂ ਟੋਰਾਂਟੋ ਤੋਂ ਲੈ ਕੇ BC ਤੱਕ, ਬ੍ਰਿਟਿਸ਼ ਕੋਲੰਬੀਆ ਤੱਕ, ਔਰ ਦੂਸਰੇ ਪਾਸੇ ਨਿਊਯਾਰਕ ਤੋਂ ਲੈ ਕੇ ਕੈਲੀਫੋਰਨੀਆ ਤੱਕ ਇਸ ਵਕਤ ਦਰਸ਼ਕ ਸਾਨੂੰ ਲਾਈਵ ਦੇਖ ਰਹੇ ਨੇ। ਤੁਹਾਨੂੰ ਪਤਾ ਹੈ ਕਿ ਇਸ ਵਕਤ ਸਾਨੂੰ ਦੁਨੀਆ ਭਰ ਦੇ ਵਿੱਚ ਲੋਕ ਵੈਬ ਸਟ੍ਰੀਮਿੰਗ ਦੇ ਜ਼ਰੀਏ ਵੀ ਦੇਖਦੇ ਨੇ। ਇੱਕੋ ਇੱਕ ਐਸਾ ਪਲੈਟਫਾਰਮ ਹੈ ਨਿਰਪੱਖ ਅਤੇ ਨਿਡਰ ਜਿਹੜਾ ਇਸ ਵਕਤ ਤੁਹਾਨੂੰ ਖਬਰਾਂ ਪੇਸ਼ ਕਰਦਾ ਹੈ, ਔਰ ਆਪਾਂ ਬੀਤੇ ਕਾਫੀ ਦਿਨਾਂ ਤੋਂ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਬੜੀ ਚਰਚਾ ਹੈ ਕਿ HS ਫੂਲਕਾ, ਹਰਵਿੰਦਰ ਸਿੰਘ ਫੂਲਕਾ ਇਹਨਾਂ ਦਿਨਾਂ ਦੇ ਵਿੱਚ ਕੈਨੇਡਾ ਦੇ ਦੌਰੇ 'ਤੇ ਆ ਰਹੇ ਨੇ। ਉਹਨਾਂ ਦੀ ਪਹਿਲੀ ਡੈਸਟੀਨੇਸ਼ਨ ਟੋਰਾਂਟੋ ਹੈ। ਟੋਰਾਂਟੋ ਤੋਂ ਬਾਅਦ ਉਹਨਾਂ ਨੇ ਕੈਨੇਡਾ ਦੇ ਵੱਖ ਵੱਖ ਹੋਰ 10 ਸ਼ਹਿਰਾਂ ਦੇ ਵਿੱਚ ਜਾਣਾ, ਆਮ ਲੋਕਾਂ ਨੂੰ ਮਿਲਣਾ, NRIs ਨੂੰ ਮਿਲਣਾ, ਆਪਣੇ ਵਲੰਟੀਅਰਸ ਨੂੰ, ਸਪੋਰਟਰਸ ਨੂੰ ਮਿਲਣਾ, ਉਹਦੇ ਨਾਲ ਨਾਲ NRIs ਨਾਲ ਆਪਣੇ ਵਿਚਾਰ ਸਾਂਝੇ ਕਰਨੇ ਆ, ਤੁਹਾਡੇ ਲੋਕਾਂ ਨਾਲ ਗੱਲ ਕਰਨੀ ਆ। ਜਿਸ ਤਰ੍ਹਾਂ ਮੈਂ ਦੱਸਿਆ ਕਿ ਉਹਨਾਂ ਦੀ ਪਹਿਲੀ ਡੈਸਟੀਨੇਸ਼ਨ ਟੋਰਾਂਟੋ ਹੈ, ਉਸੇ ਤਰੀਕੇ ਮੀਡੀਆ ਦੇ ਵਿੱਚ ਪਹਿਲੀ ਡੈਸਟੀਨੇਸ਼ਨ ਚੈਨਲ ਪੰਜਾਬੀ ਹੈ। ਇਸ ਵਕਤ ਗਲੋਬਲ ਪੰਜਾਬ US ਦੇ ਵਿੱਚ ਵੇਖਿਆ ਜਾ ਰਿਹਾ ਥਰੂ ਆਊਟ, ਔਰ ਚੈਨਲ ਪੰਜਾਬੀ ਦੇਖਿਆ ਜਾ ਰਿਹਾ ਪੂਰੇ ਕੈਨੇਡਾ ਦੇ ਵਿੱਚ। ਔਰ ਸਾਨੂੰ ਇਸ ਗੱਲ ਦਾ ਮਾਣ ਹੈ ਕਿ HS ਫੂਲਕਾ ਇਸ ਵਕਤ ਸਾਡੇ ਨਾਲ ਨੇ ਲਾਈਨ ਦੇ ਉੱਤੇ। ਅਸੀਂ ਬੜੀ ਜਲਦੀ ਉਹਨਾਂ ਨਾਲ ਗੱਲ ਸ਼ੁਰੂ ਕਰਨ ਜਾ ਰਹੇ ਹਾਂ। ਮੈਂ ਦੱਸਦਾ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਕਰੀਬ ਟੋਰਾਂਟੋ ਦੇ ਟਾਈਮ ਦੇ ਮੁਤਾਬਕ 9:30 ਕਰਨੀ ਸੀ। ਕੁਝ ਸਮਾਂ ਪਹਿਲਾਂ ਹੀ, 20 ਮਿੰਟ ਪਹਿਲਾਂ ਹੀ ਫੂਲਕਾ ਸਾਹਿਬ ਲੈਂਡ ਹੋਏ ਨੇ ਜੀ ਏਅਰਪੋਰਟ ਦੇ ਉੱਤੇ, ਔਰ ਉਹ ਬਾਹਰ ਹੋਣ ਆਏ ਨੇ, ਇਸੇ ਕਰਕੇ ਸਾਡਾ ਪ੍ਰੋਗਰਾਮ ਥੋੜ੍ਹਾ ਲੇਟ ਸ਼ੁਰੂ ਹੋ ਰਿਹਾ। ਚੰਦ ਪਲਾਂ ਦੇ ਵਿੱਚ ਉਹਨਾਂ ਨੇ ਸਟੂਡੀਓ ਦੇ ਵਿੱਚ ਆ ਕੇ ਤੁਹਾਡੇ ਨਾਲ ਰੂਬਰੂ ਹੋਣਾ, ਤੁਹਾਡੇ ਨਾਲ ਸਿੱਧੀ ਗੱਲਬਾਤ ਕਰਨੀ ਹੈ, ਪਰ ਜਿੰਨਾ ਟਾਈਮ ਉਹ ਏਅਰਪੋਰਟ ਰੋਡ ਦੇ ਉੱਤੇ ਆ ਰਹੇ ਨੇ, ਕਿਉਂਕਿ ਸਾਡਾ ਸਟੂਡੀਓ ਵੀ ਏਅਰਪੋਰਟ ਰੋਡ ਦੇ ਉੱਤੇ ਹੀ ਹੈ, ਅਤੇ ਏਅਰਪੋਰਟ ਤੋਂ ਸਿੱਧੇ ਚੱਲ ਕੇ ਉਹਨਾਂ ਸਾਡੇ ਕੋਲ ਆਉਣਾ, ਟਰੈਵਲਿੰਗ ਦੇ ਵਿੱਚ ਵੀ ਸਾਡੀ ਉਹਨਾਂ ਦੇ ਨਾਲ ਗੱਲਬਾਤ ਹੋਏਗੀ। ਫੂਲਕਾ ਸਾਹਿਬ ਦੀ ਜੇ ਬੈਕਗਰਾਊਂਡ 'ਤੇ ਝਾਤ ਮਾਰੀਏ, 1984 ਦੇ ਜਿਹੜੇ ਦੰਗਾ ਪੀੜਤ ਲੋਕ ਨੇ, ਸਿੱਖ ਨਸਲਕੁਸ਼ੀ ਦੇ ਜਿਹੜੇ ਪੀੜਤ ਲੋਕ ਨੇ, ਉਹਨਾਂ ਦੇ ਕੇਸਿਸ ਨੂੰ ਇਹਨਾਂ ਨੇ ਲੜਿਆ ਹੈ ਜੀ, ਔਰ ਨਿਸ਼ਕਾਮ ਸੇਵਾ ਕਰੀਬ 31-32 ਸਾਲ ਤੋਂ ਪਿਛਲੇ ਉਹ ਕਰ ਰਹੇ ਹੈ। ਔਰ ਦੂਸਰੀ ਜਿਹੜੀ ਉਹਨਾਂ ਦੀ ਪਛਾਣ ਬਾਅਦ ਦੇ ਵਿੱਚ ਬਣੀ ਹੈ, ਉਹ ਪੋਲੀਟਿਕਸ 'ਚ ਆਏ ਨੇ, ਪੋਲੀਟੀਕਲ ਖੇਤਰ ਉਹਨਾਂ ਜੁਆਇਨ ਕੀਤਾ। ਆਮ ਆਦਮੀ ਪਾਰਟੀ ਦੇ ਵਿੱਚ ਕਦਵਾਰ ਨੀ ਜੇ ਲੀਡਰਾਂ ਦੀ ਗੱਲ ਕਰੀਏ ਤਾਂ HS ਫੂਲਕਾ ਦਾ ਨਾਂ ਸਾਹਮਣੇ ਆਉਂਦਾ। ਇਹ ਉਹਨਾਂ ਦੀ ਇਸ ਵਕਤ ਦੀ ਫੇਰੀ ਜਿਹੜੀ ਆਮ ਆਦਮੀ ਪਾਰਟੀ ਦੀ ਫੇਰੀ ਹੈ, ਉਹਨਾਂ ਤੁਹਾਨੂੰ ਸਾਰੇ ਲੋਕਾਂ ਨੂੰ ਮਿਲਣਾ। ਇਸ ਵਕਤ ਮੀਡੀਆ ਜਿਹੜਾ ਸਾਡਾ ਨੈਸ਼ਨਲ ਮੀਡੀਆ, ਪੰਜਾਬੀ ਮੀਡੀਆ, ਉਹਨਾਂ ਦੇ ਇੰਤਜ਼ਾਰ ਕਰ ਰਿਹਾ। ਚੰਦ ਪਲਾਂ ਦੇ ਵਿੱਚ ਉਹ ਸਾਡੇ ਨਾਲ ਹੋਣਗੇ। ਆਓ ਫਿਰ ਆਪਾਂ ਫੋਨ ਦੇ ਉੱਤੇ ਸਵਾਗਤ ਕਰਦੇ ਹਾਂ ਫੂਲਕਾ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੇਰੇ ਵੱਲੋਂ ਤੁਹਾਡੇ ਸਾਰੇ ਹੀ ਸਰੋਤਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ। ਬਹੁਤ ਵੈਲਕਮ ਸਰ, ਤੁਹਾਡਾ ਸਵਾਗਤ ਹੈ ਜੀ ਟੋਰਾਂਟੋ ਦੇ ਵਿੱਚ। ਆਈ ਹੋਪ ਕਿ ਤੁਹਾਡੀ ਜਿਹੜੀ ਵਿਜ਼ਿਟ ਹੈ ਜੀ, ਇਹ ਫੇਰੀ ਬਹੁਤ ਚੰਗੀ ਰਹੇਗੀ। ਕਿਵੇਂ ਦਾ ਰਿਹਾ ਤੁਹਾਡਾ ਸਫ਼ਰ? ਸਫ਼ਰ ਬੜਾ ਵਧੀਆ ਰਿਹਾ ਜੀ, ਔਰ ਮੈਂ ਤੁਹਾਨੂੰ ਮੁਬਾਰਕ ਦੇਣਾ ਕਿ ਤੁਸੀਂ ਅੱਜ ਲਾਈਵ ਸ਼ੁਰੂ ਕੀਤਾ ਜੀ, ਤੇ ਬਹੁਤ ਵਧੀਆ, ਬਹੁਤ ਬਹੁਤ ਮੁਬਾਰਕ। ਮੈਂ ਦੱਸਦਿਆਂ ਕਿ ਇਸ ਤੋਂ ਪਹਿਲਾਂ ਤੁਸੀਂ ਕੰਵਰ ਸੰਧੂ ਹੁਣਾਂ ਦੇ ਨਾਲ ਲਾਈਵ ਗੱਲਬਾਤ ਕਰ ਰਹੇ ਸੀ, ਉਹਨਾਂ ਨੇ ਵੀ ਵਾਰ ਵਾਰ ਜ਼ਿਕਰ ਕੀਤਾ ਸੀ ਕਿ ਬੜੀ ਜਲਦੀ HS ਫੂਲਕਾ ਆਉਣਗੇ। ਉਹਨਾਂ ਦੀ ਕੋਸ਼ਿਸ਼ ਸੀ ਚੰਡੀਗੜ੍ਹ ਤੋਂ ਲਾਈਵ ਹੋ ਰਿਹਾ ਸੀ ਕਿ ਸ਼ਾਇਦ ਫੂਲਕਾ ਸਾਹਿਬ ਉਹਨਾਂ ਨਾਲ ਵੀ 5-7 ਮਿੰਟ ਗੱਲ ਕਰ ਸਕਣ, ਪਰ ਏਅਰਪੋਰਟ 'ਤੇ ਡਿਲੇ ਹੋਣ ਕਾਰਨ ਸੰਧੂ ਸਾਹਿਬ ਨੂੰ ਆਪਣਾ ਸ਼ੋਅ ਬੰਦ ਕਰਨਾ ਪਿਆ। ਸਾਡੇ ਜਿਹੜੇ ਇਸ ਖਾਸ ਪ੍ਰੋਗਰਾਮ ਕਰਕੇ ਅਸੀਂ ਵੈਨਕੂਵਰ ਤੋਂ ਓਵਰ ਟਾਈਮ, ਔਰ ਸਾਡੇ ਗਲੋਬਲ ਪੰਜਾਬ ਦੇ USA ਤੋਂ ਚੱਕ ਪੰਜਾਬੀ ਇੰਟਰਟੇਨਮੈਂਟ ਦਾ ਪ੍ਰੋਗਰਾਮ ਜਿਹੜਾ ਉਹਨੂੰ ਡਿਲੇ ਕੀਤਾ ਸੀ। ਉਹਨਾਂ ਦੋਨਾਂ ਸ਼ੋਅਜ਼ ਦੇ ਐਂਕਰਸ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਕਰਕੇ ਪ੍ਰੋਗਰਾਮ ਜਿਹੜੇ ਡਿਲੇ ਕੀਤੇ ਨੇ। ਤੁਹਾਡਾ ਫੂਲਕਾ ਸਾਹਿਬ ਮੋਟਿਵ ਕੀ ਹੈ ਜੀ, ਕੀ ਮੰਤਵ ਹੈ ਇੱਥੇ ਕੈਨੇਡਾ ਦੇ ਵਿੱਚ ਪੰਜਾਬੀਆਂ ਨੂੰ ਮਿਲਣ ਦਾ ਜੀ? ਬੜੀ ਜਲਦੀ ਅਸੀਂ ਦੁਬਾਰਾ ਜੁੜਾਂਗੇ ਜੀ, ਬਹੁਤ ਜਲਦੀ ਅਸੀਂ ਦੁਬਾਰਾ ਜੁੜਨ ਜਾ ਰਹੇ ਹਾਂ। ਮੈਂ ਦੱਸਦਾ ਕਿ ਫੂਲਕਾ ਸਾਹਿਬ ਦੇ ਨਾਲ ਜਿਹੜੀ ਕਿਉਂਕਿ ਸਾਨੂੰ ਕਾਲਸ ਬਹੁਤ ਜ਼ਿਆਦਾ ਆ ਰਹੀਆਂ ਸਨ, ਅਸੀਂ ਲੋਕਾਂ ਦੇ ਨਾਲ ਅਸੀਂ ਤੁਹਾਡੀਆਂ ਕਾਲ ਜਦੋਂ ਲੈ ਰਹੇ ਸਾਂ ਜੀ, ਉਦੋਂ ਇਹ ਸੀ ਕਿ ਤੁਸੀਂ ਪ੍ਰੋਗਰਾਮ ਜਿਹੜਾ 9:30 ਪ੍ਰੋਮਿਸ ਕੀਤਾ ਉਹ ਸ਼ੁਰੂ ਕਿਉਂ ਨਹੀਂ ਸੀ ਹੋ ਪਾਇਆ? ਮੈਂ ਦੱਸਦਾ ਕਿ ਏਅਰਪੋਰਟ ਦੇ ਉੱਤੋਂ ਸਿੱਧੇ ਉਹਨਾਂ ਨੇ ਸਾਡੇ ਕੋਲ ਪਹੁੰਚਣਾ ਸੀ, ਅਤੇ ਕੁਝ ਜਿਹੜੀ ਡਿਲੇ ਹੈ ਕਸਟਮਸ ਦੇ ਉੱਤੇ ਉਹਦੇ ਕਾਰਨ ਅਸੀਂ ਇਹ ਪ੍ਰੋਗਰਾਮ ਜਿਹੜਾ ਟਾਈਮ 'ਤੇ ਸ਼ੁਰੂ ਨਹੀਂ ਕਰ ਪਾਏ, ਪਰ ਚੰਦ ਮਿੰਟਾਂ ਦੇ ਵਿੱਚ, ਕਿਉਂਕਿ ਬੜੀ ਜਲਦੀ 5-7 ਮਿੰਟ ਦਾ ਫਾਸਲਾ ਹੈ ਸਾਡੇ ਇਸ ਏਅਰਪੋਰਟ ਰੋਡ ਵਾਲੇ ਸਟੂਡੀਓ ਟੋਰਾਂਟੋ ਸਟੂਡੀਓ ਤੋਂ, ਬੜੀ ਜਲਦੀ ਉਹਨਾਂ ਤੁਹਾਡੇ ਸਾਹਮਣੇ ਇੱਥੇ ਪੇਸ਼ ਹੋਣਾ, ਔਰ ਸਾਡੇ ਕੋਲ ਟਾਈਮ, ਕਿਉਂਕਿ ਚੈਨਲ ਇਹ ਤੁਹਾਡਾ ਖੁਦ ਦਾ ਚੈਨਲ ਹੈ, ਤੁਹਾਡੇ ਲੋਕਾਂ ਦਾ ਆਪਣਾ ਚੈਨਲ ਹੈ, ਸੋ ਟਾਈਮ ਦੀ ਸਾਡੇ ਕੋਲ ਕੋਈ ਐਸੀ ਕਿੱਲਤ ਜਾਂ ਦਿੱਕਤ ਨਹੀਂ ਹੈ। ਅਸੀਂ ਇਹਨੂੰ ਹੋਰ ਵੀ ਐਕਸਟੈਂਡ ਕਰਕੇ ਤੁਹਾਡੇ ਨਾਲ ਗੱਲਾਂ ਬਾਤਾਂ, ਮੈਨੂੰ ਪਤਾ ਕਿ ਤੁਹਾਡੀਆਂ ਲਾਈਨਸ ਆਲਰੇਡੀ ਸਾਡੀਆਂ ਫਲੈਸ਼ ਕਰ ਰਹੀਆਂ ਨੇ, ਤੁਸੀਂ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਹੋ, ਪਰ ਬੜੀ ਜਲਦੀ ਛੋਟੇ ਜਿਹੇ ਵਕਫੇ ਤੋਂ ਬਾਅਦ ਅਸੀਂ ਵਾਪਸ ਆਉਂਦੇ ਹਾਂ। ਮੇਰਾ ਇੱਥੇ ਇੱਕ ਬ੍ਰੇਕ ਲੈਣ ਦਾ ਮੰਤਵ ਹੈ ਜੀ, ਬ੍ਰੇਕ ਤੋਂ ਬਾਅਦ ਜਲਦੀ ਅਸੀਂ ਵਾਪਸ ਆਵਾਂਗੇ। ਮੈਂ ਦੱਸਦਾ ਕਿ ਅੱਜ ਦਾ ਸਾਡਾ ਐਪੀਸੋਡ, ਸਾਡਾ ਇਹ ਪ੍ਰੋਗਰਾਮ ਇੱਕ ਸਪੈਸ਼ਲ ਪ੍ਰੋਗਰਾਮ ਹੈ, HS ਫੂਲਕਾ, ਆਮ ਆਦਮੀ ਪਾਰਟੀ ਦੇ ਵੱਡੇ ਕਦਵਾਰ ਜਿਹੜੇ ਲੀਡਰ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਨਾਂ ਆਉਂਦਾ, ਹਰਵਿੰਦਰ ਸਿੰਘ ਫੂਲਕਾ। 1984 ਦੇ ਸਿੱਖ ਕਤਲੇਆਮ ਦੇ, ਸਿੱਖ ਨਸਲਕੁਸ਼ੀ ਦੇ, ਇਸ ਜੈਨੋਸਾਈਡ ਦੇ ਜਿਹੜੇ ਪੀੜਿਤ ਪਰਿਵਾਰ ਸਨ ਉਹਨਾਂ ਦੇ ਕੇਸਿਸ ਉਹਨਾਂ ਲੜੇ ਹੈ, ਔਰ ਉਹਨਾਂ ਦੇ ਨਾਲ ਉਹਦੇ ਬਾਰੇ ਵੀ ਡਿਟੇਲ 'ਚ ਗੱਲਬਾਤ ਕਰਨੀ ਹੈ ਕਿ ਉਹਨਾਂ ਨੇ ਉਹ
ਉਹਦੇ ਨਾਲ ਕੀ ਤਬਦੀਲੀਆਂ ਕੀ ਚੇਂਜਸ ਜਿਹੜੀਆਂ ਨੇ ਹੋ ਸਕਦੀਆਂ ਨੇ। ਸਾਨੂੰ ਕਾਲਸ ਆਉਣੀਆਂ ਸ਼ੁਰੂ ਹੋ ਗਈਆਂ, ਮੈਂ ਇੱਕ ਕਾਲ ਜਿਹੜੀ ਆ ਸਾਡੇ ਲੱਗਦਾ ਕੋਈ ਦਰਸ਼ਕ ਨੇ ਜੀ ਉਹਨਾਂ ਦੀ ਕਾਲ ਏਅਰ ਕਰਦੇ ਹਾਂ। ਹੈਲੋ, ਸ਼ਾਇਦ ਕਾਲ ਡਰੋਪ ਹੋ ਗਈ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਮੈਂ ਦੱਸਦਾ ਕਿ ਫੂਲਕਾ ਸਾਹਿਬ ਬੜੀ ਜਲਦੀ ਸਟੂਡੀਓ 'ਚ ਆਉਣਗੇ, ਤੁਹਾਡੇ ਜਿਹੜੇ ਤਮਾਮ ਸਵਾਲ ਨੇ। ਬੀ ਸੀ ਤੋਂ, ਬ੍ਰਿਟਿਸ਼ ਕੋਲੰਬੀਆ ਤੋਂ ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ, ਔਰ ਤਮਾਮ ਇੱਧਰੋਂ USA ਦੇ ਵਿੱਚੋਂ, ਟੋਰਾਂਟੋ ਤੋਂ ਲੈ ਕੇ ਬ੍ਰਿਟਿਸ਼ ਕੋਲੰਬੀਆ ਤੱਕ, ਔਰ ਇੱਧਰੋਂ ਨਿਊਯਾਰਕ ਤੋਂ ਲੈ ਕੇ ਕੈਲੀਫੋਰਨੀਆ ਤੱਕ ਦੇ ਸਾਡੇ ਦਰਸ਼ਕ ਇਸ ਵਕਤ ਸਾਨੂੰ ਗਲੋਬਲ ਪੰਜਾਬ 'ਤੇ ਵੇਖ ਰਹੇ ਨੇ, ਔਰ ਦੁਨੀਆ ਭਰ ਦੇ ਦਰਸ਼ਕ ਸਾਨੂੰ www.globalpunjabtv ਦੇ ਜ਼ਰੀਏ ਦੇਖ ਰਹੇ ਨੇ। ਸਾਡਾ ਨੰਬਰ ਸਕਰੀਨ 'ਤੇ ਵਾਰ ਵਾਰ ਆ ਰਿਹਾ ਹੈ ਜੀ, 1-888-922-3-1-888-923-2656-1-823-2653-56 ਸਾਡਾ ਨੰਬਰ ਹੈ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਬੜੀ ਜਲਦੀ ਫੂਲਕਾ ਸਾਹਿਬ ਦੇ ਨਾਲ ਅਸੀਂ ਜੁੜਾਂਗੇ, ਇੱਕ ਛੋਟੇ ਵਕਫੇ ਵਾਸਤੇ ਰੁਕਣਾ, ਬ੍ਰੇਕ ਵਾਸਤੇ ਰੁਕਣਾ, ਬ੍ਰੇਕ ਤੋਂ ਬਾਅਦ ਅਸੀਂ ਜਲਦੀ ਵਾਪਸ ਆ ਰਹੇ ਹਾਂ।